ਅਕਸਰ ਤੁਸੀਂ ਅਸਮਾਨ 'ਤੇ ਚਿੱਟੇ ਰੰਗ ਦੀਆਂ ਲਕੀਰਾਂ ਬਣਦੀਆਂ ਦੇਖੀਆਂ ਹੋਣਗੀਆਂ। ਕੀ ਤੁਸੀਂ ਜਾਣਦੇ ਹੋ ਇਹ ਲਕੀਰਾਂ ਕਿਉਂ ਬਣਦੀਆਂ ਨੇ? ਤੁਸੀਂ ਵੀ ਅਸਮਾਨ 'ਚ ਕਦੇ ਨਾ ਕਦੇ ਐਰੋਪਲੇਨ ਜਾਂ ਉਹਦੇ ਪਿੱਛੇ ਇਹੋ ਜਿਹੀਆਂ ਚਿੱਟੀਆਂ ਲਕੀਰਾਂ ਬਣਦੀਆਂ ਦੇਖੀਆਂ ਹੋਣਗੀਆਂ। ਆਓ ਅੱਜ ਇਸ ਵੀਡੀਓ ਵਿੱਚ ਜਾਣਦੇ ਹਾਂ ਇਸ ਦੇ ਪਿੱਛੇ ਦੀ ਸਾਇੰਸ ਕੀ ਹੈ। ਚਲੋ ਸ਼ੁਰੂ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਪੰਜਾਬੀਓ, ਸਵਾਗਤ ਹੈ ਜੀ ਤੁਹਾਡਾ ਮੱਲੀ ਬਲੌਗਸ ਚੈਨਲ ਦੇ ਉੱਤੇ। ਇਹ ਲਾਈਨਾਂ ਜਿਨ੍ਹਾਂ ਨੂੰ ਇੰਗਲਿਸ਼ ਵਿੱਚ ਕੰਟਰੇਲਸ ਆਖਿਆ ਜਾਂਦਾ ਹੈ, ਇਹ ਕੰਟਰੇਲਸ ਬਣਦੀਆਂ ਕਿਉਂ ਨੇ? ਇਹ ਕੰਟਰੇਲਸ ਬਣਨ ਲਈ ਜ਼ਰੂਰੀ ਹੈ ਕਿ ਪਲੇਨ ਘੱਟੋ ਘੱਟ 26,000 ਫੁੱਟ ਦੀ ਉਚਾਈ 'ਤੇ ਉੱਡਦਾ ਹੋਵੇ, ਕਿਉਂਕਿ 26,000 ਫੁੱਟ ਦੀ ਉਚਾਈ 'ਤੇ ਐਟਮੋਸਫੇਰਿਕ ਪ੍ਰੈਸ਼ਰ ਘੱਟ ਹੁੰਦਾ ਹੈ ਅਤੇ ਟੈਂਪਰੇਚਰ ਵੀ ਬਹੁਤ ਡਿਕਰੀਜ਼ ਹੋ ਜਾਂਦਾ ਹੈ। 26,000 ਫਿੱਟ 'ਤੇ ਹਵਾ ਬਹੁਤ ਪਤਲੀ ਥਿੰਨ ਹੁੰਦੀ ਹੈ ਅਤੇ ਠੰਡੀ ਵੀ ਹੁੰਦੀ ਹੈ, ਕਿਉਂਕਿ ਉਸ ਐਲਟੀਟਿਊਡ 'ਤੇ -40 ਡਿਗਰੀ ਤਾਪਮਾਨ ਹੁੰਦਾ ਹੈ। ਜੇ ਪਲੇਨ ਦੀ ਗੱਲ ਕਰੀਏ ਤਾਂ ਪਲੇਨ ਦੇ ਜੈੱਟ ਇੰਜਣ ਨੂੰ ਫਿਊਲ ਬਰਨ ਕਰਨ ਲਈ ਆਕਸੀਜਨ ਜ਼ਰੂਰੀ ਹੁੰਦੀ ਹੈ ਅਤੇ ਆਕਸੀਜਨ ਨੂੰ ਪੂਰਾ ਕਰਨ ਲਈ ਇੰਜਣ ਬਾਹਰੀ ਹਵਾ ਨੂੰ ਖਿੱਚ ਕੇ ਫਿਊਲ ਨੂੰ ਬਰਨ ਕਰਦਾ ਹੈ ਅਤੇ ਬਦਲੇ ਵਿੱਚ ਉਹ ਐਗਜ਼ੋਸਟ ਗੈਸ ਪਲੇਨ ਦੇ ਪਿਛਲੇ ਪਾਸੇ ਤੋਂ ਬਾਹਰ ਨਿਕਲਦੀ ਹੈ। ਯਾਦ ਰਹੇ ਕਿ ਇਹ ਐਗਜ਼ੋਸਟ ਗੈਸ ਬਹੁਤ ਗਰਮ ਹੁੰਦੀ ਹੈ ਅਤੇ ਇਹਦੇ ਅੰਦਰ ਵਾਟਰ ਵੈਪਰ ਵੀ ਹੁੰਦੇ ਹਨ। ਜਦੋਂ ਇਹ ਹੌਟ ਐਗਜ਼ੋਸਟ ਜਿਹੜੀ ਗਰਮ ਐਗਜ਼ੋਸਟ ਗੈਸ ਹੁੰਦੀ ਹੈ ਬਾਹਰਲੇ ਠੰਡੇ ਵਾਤਾਵਰਨ ਵਿੱਚ ਆ ਕੇ ਮਿਲਦੀ ਹੈ ਅਤੇ ਐਗਜ਼ੋਸਟ ਵਿੱਚ ਪਾਏ ਜਾਣ ਵਾਲੇ ਵਾਟਰ ਵੈਪਰ ਆਈਸ ਕ੍ਰਿਸਟਲ ਵਿੱਚ ਤਬਦੀਲ ਹੋ ਜਾਂਦੇ ਹਨ ਅਤੇ ਜੋ ਪਲੇਨ ਦੇ ਪਿੱਛੇ ਜੋ ਚਿੱਟਾ ਧੂੰਆਂ ਨਿਕਲਦਾ ਹੈ ਫਿਰ ਉਹਦੇ ਵਿੱਚ ਤਬਦੀਲ ਹੋ ਜਾਂਦਾ ਹੈ, ਜਿਸ ਨੂੰ ਅਸੀਂ ਕੰਟਰੇਲਸ ਆਖਦੇ ਹਾਂ। ਉਦਾਹਰਣ ਦੇ ਤੌਰ 'ਤੇ ਜਿਵੇਂ ਅਸੀਂ ਸਰਦੀਆਂ ਵਿੱਚ ਆਪਣਾ ਸਾਹ ਬਾਹਰ ਐਗਜ਼ੇਲ ਕਰਦੇ ਹਾਂ, ਜਿਵੇਂ ਸਾਹ ਬਾਹਰ ਕੱਢਦੇ ਹਾਂ, ਸਾਡੇ ਅੰਦਰ ਦਾ ਜੋ ਟੈਂਪਰੇਚਰ ਆ ਗਰਮ ਹੁੰਦਾ ਹੈ ਅਤੇ ਬਾਹਰ ਦਾ ਜੋ ਵਾਤਾਵਰਨ ਹੈ ਬਹੁਤ ਠੰਡਾ ਹੁੰਦਾ ਹੈ ਅਤੇ ਜਦੋਂ ਅਸੀਂ ਆਪਣਾ ਸਾਹ ਬਾਹਰ ਕੱਢਦੇ ਹਾਂ ਤਾਂ ਹਵਾ ਦੇ ਵਿੱਚ ਇੱਕ ਭਾਫ਼ ਜਿਹੀ ਬਣਦੀ ਹੈ। ਇਹੀ ਸੇਮ ਪ੍ਰੋਸੈਸ ਪਲੇਨ ਦੇ ਪਿੱਛੇ ਜੋ ਚਿੱਟੇ ਰੰਗ ਦੀਆਂ ਲਕੀਰਾਂ ਨਿਕਲਦੀਆਂ ਹਨ ਕੰਟਰੇਲਸ ਬਣਦੇ ਹਨ, ਉਹਨਾਂ ਵਿੱਚ ਬਿਲਕੁਲ ਇਹੀ ਸੇਮ ਪ੍ਰੋਸੈਸ ਹੁੰਦਾ ਹੈ। ਹੁਣ ਇਹ ਚਿੱਟੇ ਰੰਗ ਦੀਆਂ ਲਕੀਰਾਂ ਕੰਟਰੇਲਸ ਅਸਮਾਨ ਵਿੱਚ ਬਣਾਈਆਂ ਕਿਉਂ ਜਾਂਦੀਆਂ ਹਨ? ਇਹਦੇ ਪਿੱਛੇ ਵੀ ਕਈ ਅਲੱਗ ਅਲੱਗ ਥਿਊਰੀਜ਼ ਹਨ। ਇੱਕ ਥਿਊਰੀ ਦੇ ਅਨੁਸਾਰ ਜੋ ਸਾਡੀ ਓਜ਼ੋਨ ਪਰਤ ਹੈ ਧਰਤੀ ਦੇ ਉੱਪਰ, ਜੋ ਸੂਰਜ ਦੀਆਂ ਖਤਰਨਾਕ ਕਿਰਨਾਂ ਸਾਡੀ ਧਰਤੀ ਵਿੱਚ ਆਉਣ ਤੋਂ ਰੱਖਿਆ ਕਰਦੀ ਹੈ, ਉਸ ਪਰਤ ਵਿੱਚ ਜੋ ਹੋਲ ਹੋ ਚੁੱਕਿਆ ਹੈ, ਜੋ ਗਲੋਬਲ ਵਾਰਮਿੰਗ ਭਾਰੀ ਪ੍ਰਦੂਸ਼ਣ ਅਤੇ ਰੋਕਟਾਂ ਨੂੰ ਪੁਲਾੜ ਵਿੱਚ ਭੇਜਣ ਦੇ ਕਾਰਨ ਓਜ਼ੋਨ ਪਰਤ ਵਿੱਚ ਜੋ ਹੋਲ ਹੋ ਚੁੱਕਿਆ ਹੈ ਉਸ ਨੂੰ ਭਰਨ ਲਈ ਇਹ ਕੰਟਰੇਲਸ, ਇਹ ਧੂੰਆਂ ਵਰਤਿਆ ਜਾਂਦਾ ਹੈ। ਇਹ ਵੀ ਇੱਕ ਥਿਊਰੀ ਹੈ। ਅਤੇ ਦੂਜੀ ਥਿਊਰੀ ਹੈ, ਜੋ ਸਾਡਾ ਵਾਤਾਵਰਨ ਬਦਲ ਰਿਹਾ ਹੈ, ਕਲਾਈਮੇਟ ਚੇਂਜ ਹੋ ਰਿਹਾ ਹੈ, ਉਸ ਨੂੰ ਨਿਯਮਿਤ ਰੱਖਣ ਲਈ ਇਹ ਜੋ ਕੰਟਰੇਲਸ ਨੇ ਅਸਮਾਨ ਵਿੱਚ ਇਹਨਾਂ ਦਾ ਧੂੰਆਂ ਛੱਡਿਆ ਜਾਂਦਾ ਹੈ। ਅਤੇ ਤੁਹਾਡੀ ਕੀ ਰਾਏ ਹੈ, ਇਹ ਜੋ ਕੰਟਰੇਲਸ ਚਿੱਟੀਆਂ ਲਕੀਰਾਂ ਆਸਮਾਨ ਦੇ ਵਿੱਚ ਕਿਉਂ ਬਣਾਈਆਂ ਜਾਂਦੀਆਂ ਹਨ? ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ, ਅਤੇ ਮੱਲੀ ਬਲੌਗਸ ਚੈਨਲ ਨੂੰ ਫੋਲੋ ਕਰ ਲੈਣਾ ਜੀ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ। ਧੰਨਵਾਦ ਜੀ।